ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੈ ਕੇ ਆਇਆ ਤੁਹਾਡੇ ਲਈ ਨਵੀਂ ਵੀਡੀਓ ਅਤੇ ਅੱਜ ਗੱਲ ਕਰਾਂਗੇ ਜੀ ਆਪਾਂ ਕਾਲੀਆਂ ਗੱਡੀਆਂ ਬਾਰੇ ਬਹੁਤ ਸ਼ੌਂਕੀ ਆ ਜੀ ਮੁੰਡੇ ਕਾਲੀਆਂ ਗੱਡੀਆਂ ਰੱਖਣ ਦੇ ਕਾਲੇ ਰੰਗ ਦਾ ਬਹੁਤ ਕਰੇਜ਼ ਆ ਜਿਹੜਾ ਵੱਧ ਰਿਹਾ ਕਿਉਂਕਿ ਪਹਿਲਾਂ ਜਿਹੜਾ ਸੀਗੀ ਪਰਸੈਂਟੇਜ ਸੀ ਕਾਲੀਆਂ ਗੱਡੀਆਂ ਦੀ ਬਹੁਤ ਘੱਟ ਸੀਗੀ ਪਹਿਲਾਂ ਵਾਈਟ ਕਲਰ ਨੂੰ ਜ਼ਿਆਦਾ ਪ੍ਰੈਫਰ ਕਰਦੇ ਸੀ ਲੋਕ ਅਤੇ ਜਾਂ ਕੋਈ ਰੈੱਡ ਜਿਵੇਂ ਸਿਲਵਰ ਕਲਰ ਜ਼ਿਆਦਾ ਚੱਲਦਾ ਸੀ ਅਤੇ ਜਦੋਂ ਤੋਂ ਆਪਣੀ ਸੈਰਮਿਕ ਕੋਟਿੰਗ ਆਈ ਹੈ ਜੀ ਇੱਕ ਨੈਨੋ ਕੋਟਿੰਗ ਵੀ ਕਹਿ ਦਿੰਦੇ ਆਪਾਂ ਨੂੰ ਉਦੋਂ ਦੀ ਜਿਹੜੀ ਕਾਲੀਆਂ ਗੱਡੀਆਂ ਦੀ ਸਾਂਭ ਸੰਭਾਲ ਉਹ ਥੋੜ੍ਹੀ ਸੌਖੀ ਹੋ ਗਈ ਅਤੇ ਪਰ ਤਾਂ ਹੀ ਕਰਕੇ ਜਿਹੜੀ ਹੁਣ ਪਰਸੈਂਟੇਜ ਆ ਬਲੈਕ ਕਲਰ ਦੀ ਉਹ ਵੱਧ ਗਈ ਆ ਕਾਲੀ ਗੱਡੀ ਹੁਣ ਥੋੜ੍ਹੀ ਜ਼ਿਆਦਾ ਲੈਂਦੇ ਲੋਕ ਅਤੇ ਸੈਰਮਿਕ ਕੋਟਿੰਗ ਬਾਰੇ ਅੱਜ ਗੱਲ ਕਰਾਂਗੇ ਜੀ ਕੀ ਫਾਇਦੇ ਇਹਦੇ ਅਤੇ ਕੀ ਨੁਕਸਾਨ ਆ ਅਤੇ ਕਰਵਾਉਣੀ ਚਾਹੀਦੀ ਆ ਕਿ ਨਹੀਂ ਕਰਵਾਉਣੀ ਚਾਹੀਦੀ ਸੋ ਇਸੇ 'ਤੇ ਅੱਜ ਆਪਾਂ ਵੀਡੀਓ ਜਿਹੜੀ ਲੈ ਕੇ ਆਏ ਤੁਹਾਡੇ ਲਈ ਅਤੇ ਅੱਜ ਗੱਲ ਕਰਦੇ ਹਾਂ ਜੀ ਤੁਹਾਨੂੰ ਦਿਖਾਉਂਦੇ ਹਾਂ ਕੀ ਫਾਇਦੇ ਸ਼ਾਈਨ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਗੱਡੀ 'ਚ ਕੋਟਿੰਗ ਕਰਵਾਉਣ ਤੋਂ ਬਾਅਦ ਜਿਹੜੀ ਸ਼ਾਈਨ ਆ ਜਾਂਦੀ ਆ ਪਰ ਸ਼ੀਸ਼ੇ ਵਾਂਗੂ ਗੱਡੀ ਬਣ ਜਾਂਦੀ ਆ ਦੇਖੋ ਤੁਸੀਂ ਦੇਖ ਰਹੇ ਹਾਂ ਬਈ ਇੱਦਾਂ ਦੀ ਸ਼ਾਈਨ ਆ ਜਾਂਦੀ ਆ ਜੀ ਅਤੇ ਜਿਹੜੀ ਆ ਬਿਨ ਵਿਦਾਊਟ ਕੋਟਿੰਗ ਤੋਂ ਆਪਣੀ ਗੱਡੀ ਰਫ ਰਹਿੰਦੀ ਆ ਉਹਦੇ ਵਿੱਚ ਦੀਆਂ ਸ਼ੀਸ਼ੇ ਵਾਂਗੂ ਆਪਾਂ ਨੂੰ ਦਿਖਾਈ ਨਹੀਂ ਦਿੰਦਾ ਗਾ ਅਤੇ ਇਹਦੇ ਕੀ ਫਾਇਦੇ ਆ ਜੀ ਇਹਦੇ ਫਾਇਦੇ ਤੁਹਾਨੂੰ ਦੱਸਦਾ ਚੈੱਕ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਗੱਲਬਾਤ ਬਣਦੀ ਹੈ ਕਿ ਨਹੀਂ ਬਣਦੀ ਇਹਦੇ ਫਾਇਦੇ ਆ ਜੀ ਇੱਕ ਤਾਂ ਜਦੋਂ ਆਪਾਂ ਕੱਪੜਾ ਲੈ ਕੇ ਕੋਈ ਸਾਫ਼ ਕਰਦੇ ਹਾਂ ਗੱਡੀ ਨੂੰ ਪਰ ਰਾਊਂਡ ਸਰਕਲ ਆ ਜਿਹੜੇ ਬਹੁਤ ਘੱਟ ਪੈਂਦੇ ਆ ਰਾਊਂਡ ਸਰਕਲ ਨਹੀਂ ਪੈਂਦੇ ਜਦੋਂ ਆਪਾਂ ਨੱਪਦੇ ਹਾਂ ਅਤੇ ਜੇ ਰਾਊਂਡ ਸਾਈਕਲ ਕਿਤੇ ਬਾਈ ਚਾਂਸ ਕੋਈ 2-4% ਪੈ ਵੀ ਜਾਂਦੇ ਆ ਅਤੇ ਉਹ ਜਿਹੜੀ ਇਹ ਲੇਅਰ ਹੁੰਦੀ ਹੈ ਜੀ ਆਪਣੀ ਕੋਟਿੰਗ ਕਰਦੇ ਆ ਉਹ ਤੋਂ ਲੇਅਰ ਬਣ ਜਾਂਦੀ ਆ ਲੇਅਰ ਦੇ ਉੱਪਰ ਹੀ ਰਹਿੰਦੇ ਆ ਉਹ ਅਤੇ ਉੱਪਰੋਂ ਹੀ ਸਾਫ਼ ਹੋ ਜਾਂਦੇ ਆ ਜਦੋਂ ਆਪਾਂ ਦੁਬਾਰਾ ਕਰਵਾਉਂਦੇ ਹਾਂ ਉੱਪਰੋਂ ਸਾਫ਼ ਹੋ ਜਾਂਦੇ ਆ ਆਹ ਥੋੜ੍ਹੇ ਦਿਨ ਪਹਿਲਾਂ ਹੀ ਇੱਥੇ ਜਿਹੜੇ ਸਕਰੈਚਿਸ ਆ ਗਏ ਸੀ ਉੱਤੇ ਕਦੇ ਮੀਂਹ 'ਚ ਗੱਡੀ 2-4 ਦਿਨ ਲਈ ਫਿਰਿਆ ਮੈਂ ਅਤੇ ਧੋਣ ਦਾ ਟਾਈਮ ਨਹੀਂ ਮਿਲਿਆ ਦਾਗ ਸੀ ਜਿਹੜੇ ਉਹ ਥੋੜ੍ਹੇ ਜਿਹੇ ਪੱਕੇ ਹੋ ਗਏ ਅਤੇ ਉਹਨੂੰ ਨੱਪ ਕੇ ਮਲ ਰਹੇ ਸੀਗੇ ਅਤੇ ਉਹ ਕਿਤੇ ਰੇਤੇ ਵਾਲਾ ਕੱਪੜਾ ਸੀਗਾ ਥੋੜ੍ਹਾ ਜਿਹਾ ਅਤੇ ਜਦੋਂ ਮਾਰੇ ਤਾਂ ਉੱਪਰ ਸਕਰੈਚ ਆ ਗਏ ਸੀਗੇ ਇਹਦੇ ਅਤੇ ਲੈ ਕੇ ਗਏ ਸੀ ਦੁਬਾਰਾ ਉੱਥੇ ਅਤੇ ਸਿਰਫ 2-3 ਮਿੰਟ ਲਾਏ ਉਹਨਾਂ ਨੇ ਪੋਲਿਸ਼ ਲਾ ਕੇ ਉੱਤੋਂ ਹੀ ਚੱਕਤੇ ਸੀ ਅਤੇ ਇਹ ਫਾਇਦੇ ਆ ਜੀ ਇਹਦੇ ਇਹ ਮੈਂ 3 ਸਾਲ ਦਾ ਪੈਕੇਜ ਕਰਵਾਇਆ ਸੀਗਾ ਜੀ ਸ਼ਾਈਨ ਦੇਖੋ ਤੁਸੀਂ ਗੱਡੀ ਦੀ ਬਾਕੀ ਤੁਹਾਨੂੰ ਪੈਕੇਜ ਬਾਰੇ ਬਾਅਦ 'ਚ ਦੱਸਦਾ ਸ਼ਾਈਨ ਆ ਜਾਂਦੀ ਜੀ ਪੂਰੀ ਗੱਡੀ ਮਾੜਾ ਮੋਟਾ ਉੱਤੇ ਘੱਟਾ ਮਿੱਟੀ ਤਾਂ ਵੈਸੇ ਹੀ ਨਹੀਂ ਖੜ੍ਹਦਾ ਗਾ ਜੇ ਕੋਈ ਪਿਆ ਵੀ ਹੋਊਗਾ ਤਾਂ ਦੂਰੋਂ ਪਤਾ ਹੀ ਨਹੀਂ ਲੱਗਦਾ ਐਂ ਸ਼ਾਈਨ ਹੀ ਦਿਸੂਗੀ ਗੱਡੀ 'ਚ ਤਾਂ ਹੀ ਤੁਹਾਡੇ ਬਲੈਕ ਕਲਰ ਆ ਜਿਹੜੇ ਜ਼ਿਆਦਾ ਲੈ ਰਹੇ ਲੋਕ ਸੋ ਇਹ ਸੀ ਤੁਹਾਨੂੰ ਗੱਡੀ ਦੀ ਜਿਹੜੀ ਸ਼ਾਈਨ ਦਿਖਾਈ ਆ ਸ਼ਾਈਨ ਹੈ ਜੀ ਪੂਰੀ ਸ਼ੀਸ਼ੇ ਵਾਂਗੂ ਬਣ ਜਾਂਦੀ ਗੱਡੀ ਅਤੇ ਕੋਈ ਵੀ ਮਿੱਟੀ ਘੱਟਾ ਮਾੜਾ ਮੋਟਾ ਪਿਆ ਰਹਿੰਦਾ ਅਤੇ ਉਹ ਦੂਰੋਂ ਦਿਖਦਾ ਨਹੀਂ ਗਾ ਪਹਿਲੀ ਗੱਲ ਤਾਂ ਕੋਈ ਪਾਣੀ ਅਤੇ ਜਿਹੜਾ ਘੱਟਾ ਉਹ ਜ਼ਿਆਦਾ ਖੜਦਾ ਨਹੀਂ ਹਵਾ ਨਾਲ ਹੀ ਥੋੜ੍ਹਾ ਕਲੀਨ ਹੋ ਜਾਂਦਾ ਸੋ ਜਿਹੜਾ ਮਾੜਾ ਮੋਟਾ ਮਾਈਨਰ ਜਿਹਾ ਆਪਣਾ ਰਹਿ ਵੀ ਜਾਂਦਾ ਜੀ ਉੱਪਰ ਘੱਟਾ ਮਿੱਟੀ ਅਤੇ ਉਹ ਜਿਵੇਂ ਬਿਲਕੁਲ ਨੇੜੇ ਆਵਾਂਗੇ ਆਪਾਂ ਉਦੋਂ ਉੱਪਰ ਥੋੜ੍ਹਾ ਜਿਹਾ ਆਪਾਂ ਨੂੰ ਮਹਿਸੂਸ ਹੋਊਗਾ ਦੂਰੋਂ ਗੱਡੀ ਖੜੀ ਆ ਤਾਂ ਐਂ ਹੀ ਲੱਗੂਗੀ ਜਿਵੇਂ ਧੋਤੀ ਦਾਤੀ ਸ਼ੀਸ਼ੇ ਵਾਂਗੂ ਚਮਕਦੀ ਗੱਡੀ ਦਿਸੂਗੀ ਸੋ ਬਹੁਤ ਜ਼ਿਆਦਾ ਫਾਇਦੇ ਆ ਜੀ ਤੁਹਾਨੂੰ ਜਿਵੇਂ ਦੱਸਿਆ ਸਕਰੈਚ ਆ ਗਏ ਸੀਗੇ ਅਤੇ ਨਾਲ ਦੀ ਨਾਲ ਜਿਹੜੇ ਉਹਨਾਂ ਨੇ 2 ਮਿੰਟ 'ਚ ਹੀ ਰਿਮੂਵ ਕਰਤੇ ਅਤੇ ਕਿਉਂਕਿ ਉਹਦੀ ਲੇਅਰ ਆ ਜਿਹੜੀ ਬਣ ਜਾਂਦੀ ਉੱਪਰ ਜਿਹੜੀ ਆਪਾਂ ਡਿਟੇਲਿੰਗ ਕਰਦੇ ਹਾਂ ਆਪਣੀ ਕੋਟਿੰਗ ਕਰਦੇ ਹਾਂ ਉਹ ਲੇਅਰ ਹੁੰਦੀ ਆ ਜੀ ਜਿੰਨੇ ਵੀ ਰਾਊਂਡ ਸਰਕਲ ਆਉਂਦੇ ਆ ਜਾਂ ਸਕਰੈਚ ਆਉਂਦੇ ਉਹ ਲੇਅਰ ਦੇ ਵਿੱਚ ਹੀ ਰਹਿ ਜਾਂਦੇ ਅਤੇ ਫਿਰ ਆਪਣੀ ਗੱਡੀ ਜਿਹੜੀ ਆਪਣਾ ਓਰੀਜਨਲ ਪੇਂਟ ਆ ਉਹ ਸੇਫ ਰਹਿੰਦਾ ਅਤੇ ਨਵੀਂ ਦੀ ਨਵੀਂ ਗੱਡੀ ਰਹਿੰਦੀ ਹੈ ਸੋ ਮੈਂ ਤੁਹਾਨੂੰ ਪੈਕੇਜ ਦੱਸਦਾ ਜੀ ਜਿਹੜਾ ਮੈਂ ਪੈਕੇਜ ਕਰਵਾਇਆ ਸੀ ਮੈਂ ਕਰਵਾਇਆ ਸੀਗਾ ਜੀ ਡਿਟੇਲ ਮਾਸਟਰਸ ਵਾਲਿਆਂ ਤੋਂ ਅੰਮ੍ਰਿਤਸਰ ਹੈ ਜੀ ਇਹ ਅਤੇ 3 ਤਰ੍ਹਾਂ ਦੇ ਪੈਕੇਜ ਆਉਂਦੇ ਜੀ ਇੱਕ 2 ਈਅਰ ਦਾ ਇੱਕ 3 ਈਅਰ ਦਾ ਅਤੇ ਇੱਕ 5 ਈਅਰ ਦਾ ਅੱਡ ਅੱਡ ਪ੍ਰਾਈਜ਼ ਆ ਜੀ ਇਹਨਾਂ ਦੇ
ਅਤੇ ਮੈਂ 3 ਈਅਰ ਦਾ ਪੈਕੇਜ ਕਰਵਾਇਆ ਸੀਗਾ ਜੀ। 3 ਈਅਰ ਦੇ ਵਿੱਚ ਉਹਨਾਂ ਦੀ ਗਰੰਟੀ ਹੈ ਜੀ, ਕੋਈ ਵੀ ਸਕਰੈਚ ਆਉਂਦਾ ਜਾਂ ਕੋਈ ਵੀ ਆਪਾਂ ਨੂੰ ਰਾਊਂਡ ਸਰਕਲ ਪੈਂਦੇ ਆ 3 ਸਾਲ ਦੇ ਵਿੱਚ ਵਿੱਚ, ਜਾਂ ਆਪਣੀ ਸ਼ਾਈਨ ਆ ਜਿਹੜੀ ਗੱਡੀ ਦੀ ਉਹ ਡੱਲ ਹੁੰਦੀ ਆ, ਅਤੇ ਉਹਨਾਂ ਨੇ ਉਸੇ ਆਪਣੇ 3 ਸਾਲ ਦੇ ਪੈਕੇਜ ਦੇ ਵਿੱਚ ਕਰਕੇ ਦੇਣੀ ਆ। ਸੋ ਇਹ ਬਹੁਤ ਵਧੀਆ ਚੀਜ਼ ਹੈ ਜੀ, ਅਤੇ ਟੋਟਲ ਕੋਸਟ ਆਈ ਸੀ ਮੇਰੀ ਉਦੋਂ ਉਹਨਾਂ ਨੇ 16,000 ਸਾਰਾ ਥਾਰ 'ਤੇ ਲੱਗਿਆ ਸੀਗਾ, ਅਤੇ ਬਾਕੀ ਤਾਂ ਉਹਨਾਂ ਦਾ ਸਾਰਾ ਗਰੰਟੀ ਕਾਰਡ ਆ ਜੀ, 22 ਕਰੋੜ ਤੱਕ ਗਰੰਟੀ ਆ, ਉਹ ਗਰੰਟੀ ਕਾਰਡ ਤੁਹਾਨੂੰ ਬਣਾ ਕੇ ਦੇਣਗੇ, ਅਤੇ ਕੋਈ ਵਰੀ ਕਰਨ ਦੀ ਲੋੜ ਨਹੀਂ ਜੀ, ਤੁਹਾਡਾ ਸੇਫ ਰਹੂਗਾ, ਇਹਦਾ ਪੇਂਟ ਵੀ ਪੂਰਾ ਸੇਫ ਰਹਿੰਦਾ, ਅਤੇ ਫਾਇਦੇ ਹੀ ਆ ਜੀ ਜਿਹੜੇ ਆਪਣੇ ਥੋੜ੍ਹੇ ਮੋਟੇ ਰਾਊਂਡ ਸਰਕਲ ਪੈਂਦੇ ਉਹ ਤੋਂ ਵੀ ਛੁਟਕਾਰਾ ਰਹਿੰਦਾ, ਅਤੇ ਸ਼ਾਈਨ ਆ ਜਿਹੜੀ ਮੇਨ ਗੱਲ ਹੁੰਦੀ ਹੈ ਜੀ, ਸ਼ਾਈਨ ਦੀ ਸ਼ਾਈਨ ਆ ਜਿਹੜੀ ਗੱਡੀ ਦੀ ਐਵੇਂ ਹੀ ਰਹਿੰਦੀ ਆ ਦੂਰੋਂ, ਉਵੇਂ ਜਿਵੇਂ ਇਕੱਲਾ ਬਲੈਕ ਕਲਰ ਵਿਦਆਊਟ ਕੋਟਿੰਗ ਹੁੰਦਾ ਜੀ, ਉਹ ਰਫ ਰਹਿੰਦਾ, ਉਹਦੇ ਆਪਣਾ ਜਿਵੇਂ ਮਿਰਰ ਟਾਈਪ ਨਹੀਂ ਬਣਦਾ ਹੈਗਾ, ਇਹਦੇ ਵਾਂਗੂ ਮਿਰਰ ਬਣ ਜਾਂਦਾ, ਜਿਵੇਂ ਆਪਾਂ ਸਾਹਮਣੇ ਬੈਠ ਕੇ ਆਪਦੀ ਜਿਹੜੀ ਸਾਰੀ ਸ਼ਕਲ ਆ ਫੇਸ ਆ ਉਹ ਦੇਖ ਸਕਦੇ। ਸੋ ਕਿਵੇਂ ਦੀ ਲੱਗੀ ਜੀ ਤੁਹਾਨੂੰ ਵੀਡੀਓ, ਬਾਕੀ ਤੁਸੀਂ ਮੈਂ ਤੁਹਾਨੂੰ ਕੋਂਟੈਕਟ ਨੰਬਰ ਵਿੱਚ ਐਡ ਕਰ ਦੂੰਗਾ ਡਿਟੇਲ ਮਾਸਟਰ ਦਾ ਵੀ, ਅਤੇ ਬਾਕੀ ਉਹਨਾਂ ਦਾ ਇੰਸਟਾਗ੍ਰਾਮ ID ਵੀ ਹੈ ਜੀ, ਉੱਥੇ ਤੁਸੀਂ ਉਹਨਾਂ ਨੂੰ ਕੋਂਟੈਕਟ ਕਰ ਸਕਦੇ ਹੋ, ਉਹਨਾਂ ਦਾ ਨੰਬਰ ਵੀ ਹੈ ਡਿਟੇਲ ਮਾਸਟਰਸ। ਅਤੇ ਕਿਵੇਂ ਦੀ ਲੱਗੀ ਜੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ, ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਹੈ ਜੀ, ਫੇਸਬੁੱਕ 'ਤੇ ਵੀਡੀਓ ਨੂੰ ਵੇਖ ਰਹੇ ਹੋ ਪੇਜ ਨੂੰ ਫੋਲੋ ਕਰਨਾ ਹੈ, ਤਾਂ ਕਿ ਨਿੱਤ ਨਵੀਆਂ ਵੀਡੀਓਜ਼ ਆ ਜਿਹੜੀਆਂ ਤੁਹਾਡੇ ਲਈ ਅਸੀਂ ਲੈ ਕੇ ਆਉਂਦੇ ਰਹੀਏ। ਸਟੇ ਹੈਪੀ, ਸਟੇ ਹੈਲਦੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।